a South Asian Canadian channel. ਪਰ ਰਣਜੀਤ ਸਿੰਘ ਟੱਡਰੀ ਵਾਲਿਆਂ ਦੀ ਸੁਰੱਖਿਆ ਮੁਲਾਜ਼ਮਾਂ ਵਿੱਚ ਵਾਧਾ ਕਰਨ ਦੇ ਐਲਾਨ ਤੋਂ ਬਾਅਦ ਟੱਡਰੀ ਵਾਲਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡੇ ਸਾਥੀਆਂ ਨੂੰ ਜੋ ਵਿਰੋਧੀ ਧਿਰਾਂ ਵੱਲੋਂ ਧਮਕਾਇਆ ਜਾ ਰਿਹਾ ਹੈ ਉਸ ਨੂੰ ਦੇਖਦਿਆਂ ਪੁਲਿਸ ਮੁਲਾਜ਼ਮਾਂ ਵਿੱਚ ਵਾਧਾ ਕੀਤਾ ਗਿਆ ਹੈ। ਡੈਮੋਕ੍ਰੇਸੀ ਵਿੱਚ ਹਰ ਇੱਕ ਵਿਅਕਤੀ ਦਾ ਅਧਿਕਾਰ ਹੈ ਕਿ ਉਹ ਆਪਣੀ ਗੱਲ ਪੁਲਿਸ ਪ੍ਰਸ਼ਾਸਨ ਅਤੇ ਹਾਈ ਕੋਰਟ ਵਿੱਚ ਰੱਖ ਸਕਦਾ ਹੈ। ਨਾਲ ਹੀ ਕਰਤਾਰਪੁਰ ਲਾਂਘੇ ਦਾ ਸਵਾਗਤ ਕਰਦਿਆਂ ਹੋਏ ਕਿਹਾ ਕਿ ਇਹ ਇੱਕ ਸ਼ਲਾਘਾਯੋਗ ਕਦਮ ਹੈ। ਟਰਸਟ ਵੱਲੋਂ 6 ਮਹੀਨੇ ਪਹਿਲਾਂ ਇਹ ਹਾਈ ਕੋਰਟ ਵਿੱਚ ਪਾਇਆ ਗਿਆ ਸੀ, ਅਰਜ਼ੀ ਦਾਇਰ ਕੀਤੀ ਗਈ ਸੀ ਸਾਡੇ ਵਕੀਲਾਂ ਵੱਲੋਂ ਕਿ ਜਿਹੜਾ ਉਸ ਵੇਲੇ ਧਮਕੀਆਂ ਮਿਲ ਰਹੀਆਂ ਸੀ ਔਰ ਉਹ ਹੁਣ ਤੱਕ ਮਿਲਦੀਆਂ ਨੇ ਲਗਾਤਾਰ। ਪਿਛਲੇ 3 ਸਾਲ ਪਹਿਲਾਂ ਜਦੋਂ ਅਟੈਕ ਹੋਇਆ ਮੇਰੇ ਤੇ ਭਾਈ ਭੁਪਿੰਦਰ ਸਿੰਘ ਜੀ ਦੀ ਮੌਤ ਹੋਈ ਹੈ, ਉਸ ਤੋਂ ਬਾਅਦ ਲਗਾਤਾਰ ਧਮਕੀਆਂ ਮਿਲਦੀਆਂ ਤੇ ਜਿਹਦੇ ਵਿੱਚ ਜਿੱਦਾਂ ਬਾਹਰ ਪ੍ਰੋਗਰਾਮ ਕਰਨ ਵਾਸਤੇ ਗੁਰਦਾਸਪੁਰ ਜਾਣਾ ਸੀ ਉੱਥੇ ਰੋਕ ਦਿੱਤਾ ਗਿਆ, ਅੰਮ੍ਰਿਤਸਰ ਜਾਣਾ ਸੀ ਉੱਥੇ ਰੋਕ ਦਿੱਤਾ ਗਿਆ ਔਰ ਲਗਾਤਾਰ ਮਾਰਨ ਦੀਆਂ ਧਮਕੀਆਂ ਪਿਛਲੇ 3 ਸਾਲ ਤੋਂ ਟਾਈਮ ਟੂ ਟਾਈਮ ਮਿਲਦੀਆਂ ਰਹਿੰਦੀਆਂ ਨੇ। ਸਾਰੇ ਜਾਣਦੇ ਨੇ ਇਸ ਗੱਲ ਨੂੰ। ਇਸ ਕਰਕੇ ਹਾਈ ਕੋਰਟ ਵਿੱਚ ਟਰਸਟ ਵੱਲੋਂ ਇਹ ਪਾਇਆ ਗਿਆ ਸੀ ਅਤੇ ਉਹਨਾਂ ਨੇ ਇਹ ਫੈਸਲਾ ਸੁਣਾਇਆ ਵੀ ਇਹਨਾਂ ਦੀ ਜਿਹੜੀ ਸਿਕਿਉਰਿਟੀ ਹੈ ਉਹ ਕੀਤੀ ਜਾਣੀ ਚਾਹੀਦੀ ਹੈ। ਨਹੀਂ, ਸਿਕਿਉਰਿਟੀ ਤਾਂ ਅੱਗੇ ਵੀ ਜਾਂਦੀ ਹੋਈ ਹੈ। ਪਿਛਲੇ 3 ਸਾਲ ਤੋਂ ਜਦੋਂ ਤੋਂ ਅਟੈਕ ਹੋਇਆ ਨਾ ਜੀ, ਉਸ ਵੇਲੇ ਤੋਂ ਲੈ ਕੇ ਪ੍ਰਸ਼ਾਸਨ ਦੀ ਸਿਕਿਉਰਿਟੀ ਮੇਰੇ ਨਾਲ ਕੁਛ ਨਾ ਕੁਛ ਚੱਲਦੀ ਹੈ ਅਤੇ ਉਹ ਪਹਿਲਾਂ ਵੀ ਜਾ ਰਹੇ ਹੈ। ਦੇਖੋ, ਇੱਕ ਗੱਲ ਤਾਂ ਹੈ, ਡੈਮੋਕ੍ਰੇਸੀ ਸਿਸਟਮ ਹੈ। ਜੇ ਕੋਈ ਤੁਹਾਨੂੰ ਬੰਦਾ ਤੁਹਾਡਾ ਕਤਲ ਕਰਨ ਆਉਂਦਾ ਹੈ, ਮਾਰਨ ਆਉਂਦਾ ਹੈ, ਜਾਂ ਤਾਂ ਤੁਸੀਂ ਇਹ ਕਰ ਸਕਦੇ ਹੋ ਵੀ ਉਹਦਾ ਮੁਕਾਬਲਾ ਕਰੋ। ਕਈ ਵੀਰ, ਮੈਂ ਗੱਲ ਥੋੜ੍ਹੀ ਜਿਹੀ ਕਰਦੇ ਹਾਂ ਮੀਡੀਆ ਵਿੱਚ, ਕਈ ਸੋਚਦੇ ਆ ਵੀ ਬਾਬਿਆਂ ਨੂੰ ਸਿਕਿਉਰਿਟੀ ਦੀ ਕੀ ਲੋੜ ਹੈ, ਹੈ ਨਾ ਜੀ। ਉਹਨਾਂ ਨੂੰ ਇਹ ਜ਼ਰੂਰ ਕਹਿਣਾ ਚਾਹੀਦਾ ਵੀ ਕੁਛ ਗਰੁੱਪਾਂ ਨੂੰ ਬੰਦੇ ਮਾਰਨ ਦੀ ਕੀ ਲੋੜ ਹੈ, ਹੈ ਨਾ, ਕਿਸੇ ਨਾਲ ਧੱਕਾ ਕਰਨ ਦੀ ਕੀ ਲੋੜ ਹੈ। ਜਦੋਂ ਇੱਕ ਗਰੁੱਪ ਧੱਕਾ ਕਰੂਗਾ ਅਤੇ ਇੱਕ ਗਰੁੱਪ ਬੰਦੇ ਮਾਰੂਗਾ, ਹੈ ਨਾ, ਅਤੇ ਫਿਰ ਉਹ ਦੂਜੇ ਬੰਦਾ ਕੀ ਕਰੇ, ਜਾਂ ਤਾਂ ਧੱਕਾ ਕਰੇ ਉਹਨਾਂ ਨਾਲ ਜਾਂ ਉਹਨਾਂ ਦੇ ਬੰਦੇ ਮਾਰੇ। ਨਾ ਅਸੀਂ ਕਿਸੇ ਦੇ ਪ੍ਰੋਗਰਾਮ ਰੋਕਣੇ ਆ, ਨਾ ਅਸੀਂ ਕਿਸੇ ਨੂੰ ਧਮਕੀਆਂ ਦਿੰਦੇ ਹਾਂ, ਅਤੇ ਨਾ ਹੀ ਅਸੀਂ ਕਿਸੇ ਦੇ ਬੰਦੇ ਮਾਰਦੇ ਹਾਂ। ਡੈਮੋਕ੍ਰੇਸੀ ਵਿੱਚ ਕੀ ਕਰਾਂਗੇ, ਅੱਜ ਤੁਹਾਡੇ 'ਤੇ ਕੋਈ ਅਟੈਕ ਕਰੇਗਾ ਕੀ ਕਰੋਗੇ, ਪੁਲਿਸ ਕੋਲ ਜਾਓਗੇ, ਪ੍ਰਸ਼ਾਸਨ ਕੋਲ ਜਾਓਗੇ। ਅਸੀਂ ਇਹੀ ਗੱਲ ਕੀਤੀ ਹੈ, ਜੇ ਸਾਨੂੰ ਸਿਕਿਉਰਿਟੀ ਦੀ ਲੋੜ ਨਹੀਂ ਤਾਂ ਅੱਜ ਸਾਰਿਆਂ ਨੂੰ ਇਹ ਚਾਹੀਦਾ ਵੀ ਦੂਜੇ ਧਿਰਾਂ ਨੂੰ ਕਹਿਣ ਵੀ ਭਾਈ ਬੰਦੇ ਮਾਰਨੇ ਹਟ ਜਾਓ, ਬੰਦੇ ਮਾਰਨੇ ਤੁਸੀਂ ਛੱਡ ਦਿਓ, ਅਤੇ ਸਿਕਿਉਰਿਟੀ ਦੀ ਫਿਰ ਸਾਨੂੰ ਜ਼ਰੂਰਤ ਹੈ। ਪਹਿਲਾਂ ਵੀ ਪ੍ਰਸ਼ਾਸਨ ਦੇ ਬੰਦੇ ਜਿਹੜੇ ਸਾਡੇ ਇੱਥੇ ਹੁੰਦੇ ਆ ਅਤੇ ਉਹ ਅੱਜ ਵੀ ਹੈਗੇ ਆ, ਅਤੇ ਮੇਰੇ ਖਿਆਲ ਅੱਗੇ ਹੁਣ ਹਾਈ ਕੋਰਟ ਦਾ ਜੇ ਆਰਡਰ ਆਇਆ ਨਹੀਂ, ਜੇ ਆਏਗਾ ਤਾਂ ਫਿਰ ਉਹਨੂੰ ਮੰਨਿਆ ਜਾਏਗਾ। ਹਾਂਜੀ, ਪੁਆਇੰਟ ਤਾਂ ਇਹ ਹੈ ਜੀ ਕਿ ਜਿਹੜੇ ਹੁਣ ਮੰਨ ਲਓ ਸਾਡੇ ਸਾਹਮਣੇ ਹਜ਼ਾਰਾਂ ਠੇਕੇ ਲੰਘਦੇ ਆ, ਅਸੀਂ ਨਹੀਂ ਕਦੇ ਕਿਹਾ ਵੀ ਅਸੀਂ ਪੀ ਲਈਏ, ਤਾਂ ਤੁਹਾਡੀ ਮਾਇੰਡ ਤੁਹਾਡਾ ਬਦਲ ਜਾਂਦਾ, ਸਮਝ ਤੁਹਾਡੀ ਚੇਂਜ ਹੋ ਜਾਂਦੀ ਹੈ। ਇਸੇ ਤਰ੍ਹਾਂ ਹੁਣ ਆਪਾਂ ਦੀਵਾਨ ਲਾਉਂਦੇ ਹਾਂ, ਉਹਦੇ ਵਿੱਚ ਬਹੁ ਗਿਣਤੀ ਨੌਜਵਾਨਾਂ ਦੀ ਹੁੰਦੀ ਹੈ, ਵੱਡੀ ਗਿਣਤੀ ਵਿੱਚ ਨੌਜਵਾਨ ਆਉਂਦੇ ਹੈ, ਅਤੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਜਿੱਥੇ ਤੱਕ ਹੋ ਸਕਦਾ, ਉਹਨਾਂ ਨੂੰ ਪ੍ਰੇਰਿਤ ਕਰੀਦਾ, ਅਤੇ ਬਦਲਦੇ ਵੀ ਬਹੁਤ ਹੈ, ਅੱਗੇ ਤੋਂ ਵੀ ਹਿੰਮਤ ਕਰਦੇ ਰਹਾਂਗੇ। A South Asian Canadian channel.